Assalamualaikum. ਸ਼ਹਿਰਾ ਰੋਡ ਤੇ ਮੌਜੂਦ ਹਾਂ ਜਨਾਬ। ਆ ਟੈਂਕੀ ਵਾਲਾ ਚੌਕ ਮਸ਼ਹੂਰ ਹੁੰਦਾ ਸੀ ਤੇ ਹੁਣ ਇਹਨੂੰ ਅਚਾਨਕ ਵਾਲਾ ਚੌਕ ਕਹਿ ਲਓ, ਕੇਟਲੀ ਵਾਲਾ ਕਹਿ ਲਓ, ਤਰਾਈ ਵਾਲਾ। ਪੋਸਟ ਥੱਲੇ ਆਇਆ 450 ਦਾ ਬੋਰਡ ਲੱਗਾ। ਮੀਆਂ ਸਾਹਿਬ ਜੋ ਆ ਗਏ ਨੇ, ਅਸੀਂ ਖਾਏ ਤੇ ਖਾਣ ਤੇ ਬਾਬੂ ਦੇ ਦਾਲ ਚੌਲ ਆਏ ਹਾਂ, ਬਦਕਿਸਮਤ ਨਾਲ ਸਾਡੇ ਬੰਦ ਨਸੀਬਾਂ ਚ ਨਹੀਂ ਸੀ ਹੈ, ਜਾ ਕੇ ਝੀਦੇ ਦੀ ਪਾਲਕ ਚੱਲੇ। ਸਿੱਧਾ ਦਰਅਸਲ ਬੜਾ ਮੋਤਬਰ ਜੀ ਹਸਤੀ ਹੈ ਸਾਡੇ ਦਫ਼ਤਰ ਦੀ ਦੂਰ ਅਹਿਮਦਾਬਾਦ ਵਿੱਚ। ਅਹਿਮਦਾਬਾਦ ਵੀ ਵਾਹਵਾ ਹੀ ਨਹੀਂ ਹੋ ਗਿਆ। ਹਾਂਜੀ, ਕਿਹੜਾ ਚੌਕ ਹੈ? ਭਗਵਾਨਪੁਰਾ। ਹਾਂਜੀ, ਭਗਵਾਨਪੁਰਾ ਚੌਕ ਹੈ ਜਨਾਬ। ਉਹ ਸਾਹਮਣੇ ਬੜੀ ਤਰੀਕੀ ਦੀ ਮਸਜਿਦ ਹੈ, ਮਦਰਸਾ ਅਸ਼ਰਫ ਉਲ ਉਲੂਮ। ਮਦਰਸਾ ਅਸ਼ਰਫ ਉਲ ਉਲੂਮ ਇਹ ਰੋਡ ਕਿੱਧਰ ਜਾਂਦਾ? ਵਟਸਐਪ ਵਾਲਾ ਗੁੱਡ ਗੁੱਡ ਕਿਹਾ ਜੀ, ਇਹਦੇ ਨਾਲ ਸਾਨੂੰ ਕਿਨ ਹੋ ਗਿਆ ਕਿ ਵਟਸਐਪ ਗੁਜਰਾਂ ਵਾਲੇ ਦੇ ਨੇ। ਬੜਾ ਮੁਸ਼ਕਲ ਹੈ, ਹਰ ਬੰਦਾ ਨੂੰ ਵਾਕਈ ਨੀ ਪਤਾ ਲੱਗਦਾ। ਲੋਕੀ ਦੇ ਦੋ ਚਾਰ ਸ਼ਹਿਰ ਫਿਰਲਾਂ ਦੇ ਕਹਿ ਛੱਡਦੇ ਨੇ ਜੀ, ਆਹਾਂ ਪੂਰਾ ਪਾਕਿਸਤਾਨ ਫਿਰੇ ਆ। ਪਿਛਲੇ ਹਫ਼ਤੇ ਚੱਕਰ ਲੱਗੇ ਨੇ ਨਾ ਜ਼ਫਰਵਾਲ ਦੇ, ਅੱਗੇ ਪਿੱਛੇ ਦੇ ਸਿਆਲਕੋਟ ਫਾਲੀਆ ਬੋਲੀਆ ਸਮਝ ਲੱਗ ਗਏ ਜੀ। ਹਾਂਜੀ, ਲੋਕੀ ਕਹਿੰਦੇ ਨੇ ਪੂਰਾ ਪਾਕਿਸਤਾਨ ਫਿਰੇ ਆ। ਜਿਹਦੇ ਨਾਲ ਸਾਨੂੰ ਦਿਓ ਇਜਾਜ਼ਤ, ਅਗਲੀ ਕਿਸੇ ਵੀਡੀਓ 'ਚ ਮਿਲਦੇ ਹਾਂ। ਅੱਲਾ ਹਾਫਿਜ਼।